ਸਤਿ ਸ਼੍ਰੀ ਅਕਾਲ ਜੀ ਅਤੇ ਗੁੱਡ ਮੋਰਨਿੰਗ, ਕੀ ਹਾਲ ਚਾਲ ਹੈ। ਰਾਮਗੜੀਆ ਬਲੌਗ ਅਤੇ ਸਟਾਰਟਿੰਗ, ਅਤੇ ਜਿਹੜਾ ਅੱਜ ਆਪਣਾ ਬਲੌਗ ਹੈ ਅਤੇ ਅੱਜ ਵਾਲਾ ਆਪਣਾ ਬਲੌਗ ਹੈਗਾ, ਉਹਦੇ ਤਾਂ ਆਪਾਂ ਗੁਬਾਰੇ 'ਤੇ ਸਪਰੇ ਕਰੀ ਸੀਗੀ ਕਚਰੇ ਵਾਲੀ, ਅਤੇ ਅੱਜ ਆਪਾਂ ਉਹਦੇ ਇੱਕ ਤਾਂ ਫੰਗਸ ਵਾਲੀ ਕਰਨੀ ਅਤੇ ਇੱਕ ਨਰਮੇ 'ਤੇ ਕਰਨੀ ਆ। ਦੱਸਾਂਗੇ ਵੀ ਕਿੰਨੇ 'ਚ ਕਿਵੇਂ ਪਈ ਸਪਰੇ, ਸਾਰੀ ਡਿਟੇਲ ਨਾਲ ਦੱਸਾਂ। ਲਓ ਜੀ ਆਪਾਂ ਆ ਗਏ ਉਹਦੇ ਕੋਲ, ਅਤੇ ਆਪ ਨਰਮੇ ਵਾਲੀ ਸਪਰੇ, ਅਤੇ ਹੁਣ ਵਿਚਾਰੇ 'ਤੇ ਮਾੜਾ ਜਿਹਾ ਕੱਪੜਾ ਮਾਰ ਦਈਏ। ਆਹ ਪਈਆਂ ਪੈਪਾਂ ਹੀ ਆ, ਉਹਦੇ ਤੰਗ ਬਹੁਤ ਹੋਏ ਕਿਉਂਕਿ ਪੈਪਾਂ ਰਹੀਆਂ ਸੀ ਘਰੇ, ਅਤੇ ਆਹ ਦੇਖ ਲਓ ਜੀ ਆਪਾਂ ਵਿਚਾਰੇ ਤੋਂ ਕੰਮ ਲੈਂਦੇ ਹਾਂ, ਅਤੇ ਇਹਦਾ ਵੀ ਵਿਚਾਰੇ ਦਾ ਮਾੜਾ ਮੋਟਾ ਕੋਈ ਸਾਫ ਸਫਾਈ ਆ, ਤੇਲ ਪਾਣੀ ਚੈੱਕ ਕਰਨਾ ਚਾਹੀਦਾ। ਅਤੇ ਹੁਣ ਆਪਾਂ ਕਰਦੇ ਹਾਂ ਡੀਜ਼ਲ ਚੈੱਕ ਕਿੰਨਾ ਕੁ, ਅਤੇ ਤੇਲ ਦਾ ਹਿਸਾਬ ਜਿਹਦਾ ਖਾਂਦਾ ਅਤੇ ਆਪਾਂ ਹੋਰ ਚੈੱਕ ਕਰ ਲੈਂਦੇ। ਹੁਣ ਮਿਣਦੇ ਹਾਂ ਡੀਜ਼ਲ, ਅਤੇ ਆਪਾਂ ਨਾਲ ਤੁਹਾਨੂੰ ਦੱਸਾਂਗੇ ਵੀ ਕਿੰਨੇ ਕਿੱਲੇ ਸਪਰੇ ਕਰੀ ਅਤੇ ਕਿੰਨਾ ਡੀਜ਼ਲ ਖਾਧਾ ਇਹਨੇ। ਅਤੇ ਤੇਲ ਹੈਗਾ ਜੀ ਇਹਦੇ ਵਿੱਚ 14 ਲੀਟਰ ਤੇਲ ਆ, ਅਤੇ ਸਪਰੇ ਤਾਂ ਕਰ ਦੂਗਾ ਸਾਰੀ ਇਹ, ਪਰ ਆਪਾਂ ਐਵਰੇਜ ਚੈੱਕ ਕਰਾਂਗੇ ਵੀ ਕਿੰਨਾ ਤੇਲ ਖਾਧਾ ਕਿਵੇਂ। ਪਾਣੀ ਪੂਣੀ ਓਕੇ ਆ, ਅਤੇ ਹੁਣ ਮੋਬਾਈਲ ਚੈੱਕ ਕਰ ਲਈਏ। ਓਕੇ ਮੋਬਾਈਲ ਐਲ, ਆਪਾਂ ਨੂੰ ਨਾ ਰੋਜ਼ ਚੈੱਕ ਕਰਨਾ ਚਾਹੀਦਾ ਹਰੇਕ ਚੀਜ਼ ਦੇ, ਕਾਰ ਕੂਰ ਕਾਸੇ ਦੇ ਵੀ, ਮੋਟਰਸਾਈਕਲ ਦੇ, ਕਿਉਂਕਿ ਜਿਹੜੀਆਂ ਚੀਜ਼ਾਂ ਹੁੰਦੀਆਂ ਕਦੋਂ ਵੀ ਕੁਛ ਵੀ ਹੋ ਸਕਦਾ, ਮੋਬਾਈਲ ਵੱਧ ਵੀ ਸਕਦਾ ਅਤੇ ਘੱਟ ਵੀ ਸਕਦਾ। ਕਿਹੜਾ ਤਾਂ ਓਕੇ ਆ, ਅਤੇ ਹੁਣ ਵੀਡੀਓ ਨਾਲ ਬਣੇ ਰਹੋ, ਅਤੇ ਹੁਣ ਆਪਾਂ ਚੱਲਦੇ ਹਾਂ ਖੇਤਾਂ ਨੂੰ। ਲਓ ਜੀ ਟੈਂਕੀ ਟੂੰਕੀ ਆਪਾਂ ਅਤੇ ਆ ਦੇਖੋ ਹੁਣ ਭਰੀ ਜਾਂਦੇ ਹਾਂ, ਅਤੇ ਦੁਬਾਰੇ 'ਤੇ ਕਟਾਰਾ, ਦੇਖੀਏ ਕਟਾਰਾ ਮੀਂਹ ਦਾ ਪਾਣੀ ਸੀਗਾ ਖੜਾ। ਆ ਦੇਖੀਏ ਗੰਨਾ ਨਾ ਲੀਕ ਆ, ਵੇਖ ਰੌਣਾ ਪਾਉਣ ਵਾਲੀ, ਸਾਡਾ ਕਾਲੂ ਰਹਿ ਗਿਆ ਇਕੱਲਾ, ਮੇਰਾ ਜੋਟੀ ਦਾ ਟੱਪ ਗਿਆ ਵਿਚਾਰੇ ਦਾ। ਦਿੱਤੀ ਕੱਢ, ਅਤੇ ਹੁਣ ਦੂਜੀ ਹੋ ਜਾਂਦੀ ਟੈਂਕੀ, ਪਹਿਲਾਂ ਭਰੀ ਸੀ ਆਪਣੇ ਇੱਥੇ ਝੱਟੇ ਜੇ ਕੋਲੋਂ, ਅਤੇ ਹੁਣ ਪਾਣੀ ਇੱਥੇ ਥੋੜ੍ਹਾ, ਫਿਰ ਉੱਧਰ ਨਾ ਭਰੇ ਜਦੋਂ ਸੜਕ ਬਣੀ ਸੀ ਟੋਏ ਪੱਟੇ ਹੋਏ ਸੀ, ਤਾਂ ਉਹਨਾਂ 'ਚ ਮੀਂਹ ਦਾ ਪਾਣੀ ਖੜਾ, ਉੱਥੋਂ ਭਰਾਂਗੇ। ਅਤੇ ਬਾਪੂ ਅੱਜ ਪਾਣੀ ਲਿਆ ਥੋੜ੍ਹਾ ਜਿਹਾ ਠੰਡਾ, ਅਤੇ ਪਾਣੀ ਪੀ ਬੈਠੇ ਅਤੇ ਜਾੜ 'ਚ ਪੈ ਗਿਆ, ਅਤੇ ਜਾੜ ਪੈਣਾ ਬੜੀ ਦੁਖੀ ਜਾਂਦੀ, ਦੁਖਣ ਲੱਗ ਗਈ ਜਾੜ। ਸਮੱਸਿਆ ਆ ਗਈ ਜਾੜ ਦੀ, ਲਓ ਜੀ ਇੱਧਰ ਤਾਂ ਪਾਣੀ ਘੱਟ ਗਿਆ ਸੀਗਾ, ਹੁਣ ਉੱਥੇ ਟੋਏ ਜੇ ਉੱਥੋਂ ਭਰ ਕੇ ਲਿਆਉਣੇ ਆ।
ਲਓਗੇ ਦੂਜੀ ਟੈਂਕੀ ਆਪਾਂ ਭਰੀ ਹੈ ਇੱਥੋਂ ਉਧਰ ਸੜਕ ਬਣੀ ਸੀਗੀ ਅਤੇ ਇੱਥੇ ਮਿੱਟੀ ਸਿੱਟੀ ਸੀਗੀ ਤਾਂ ਇੱਥੇ ਟੋਇਆਂ 'ਚ ਪਾਣੀ ਭਰਿਆ ਖੜਾ ਸੀ ਨਾਲੇ ਮੀਂਹ ਦੇ ਪਾਣੀ ਨਾਲ ਹੋ ਜੂਗੀ ਸਪਰੇ ਅਤੇ ਆਪਣੇ ਯੋਧੇ ਦੇ ਕੱਪੜੇ ਕੁੱਪੜੇ ਲਾ ਰੱਖੇ ਅੱਗੇ ਪੂਰਾ ਗਰਮੀਆਂ ਦੀ ਪੂਰਾ ਸਰੀਰ ਬਣਾ ਕੇ ਰੱਖੇ ਰੱਖਣਾ ਬੰਦਿਆਂ ਦਾ ਨਹੀਂ ਤਾਂ ਆਹ ਦੂਜੀ ਨਰਮੇ ਵਾਲੀ ਸਪਰੇ ਫਿਰ ਪਹਿਲਾਂ ਘੋਲ ਕੇ ਰੱਖਣੀ ਆ ਉਹ ਜੀ ਹੁਣ ਆਪਾਂ ਆ ਗਏ ਆਪਣੇ ਨਰਮੇ ਦੀ ਵਾਰੀ ਅਤੇ ਆਹ 12 ਆਪਾਂ ਕਿਉਂਕਿ 12 ਕਿੱਲੇ ਹੈ ਅਤੇ 12 ਆਪਾਂ ਪਾਏ ਹੈ ਪਾਣੀ ਵਾਲੇ ਡੱਬੇ ਵੱਢ ਕੇ ਅਤੇ ਜਦੋਂ ਇੱਕ ਟੈਂਕੀ 'ਚ ਪਾਵਾਂਗੇ 10 ਪਾ ਦਾਂਗੇ ਅਤੇ ਇੱਕ ਆਪਾਂ ਅੱਧਾ ਲੀਟਰ ਪਾ ਤਾ ਪਾਈ ਆ ਅਤੇ ਹੁਣ ਆਹ ਦੂਜਾ ਖੋਲ੍ਹਦੇ ਹਾਂ ਅਤੇ ਇੱਕ ਵਾਰ ਕਿਸਾਨ ਭਰਾਵਾਂ ਨੇ ਇੱਕ ਹੋਰ ਗੱਲ ਕਰਨੀ ਸੀ ਆ ਦੇਖੋ ਜੇ ਆਪਣੇ ਕੋਲ ਕਈ ਵਾਰੀ ਕੋਈ ਉਹ ਪੁਰਜਾ ਨਹੀਂ ਹੁੰਦਾ ਖੋਲ੍ਹਣ ਵਾਲਾ ਅਤੇ ਆਹ ਦੇਖੋ ਇਹਦੇ ਉੱਤੇ ਆ ਲੱਗਿਆ ਹੁੰਦਾ ਆਹ ਦੇਖੋ ਜੀ ਆਹ ਚੀਜ਼ ਅਤੇ ਇਹਨੂੰ ਆਪਾਂ ਐਸਲੋਟ ਕਰ ਲੈਣੀ ਹੈ ਐਸਲੋਟ ਅਤੇ ਮੈਂ ਦੱਬ ਕੇ ਘੁਮਾ ਦੇ ਐਂ ਕਰਕੇ ਤਲੀ ਦਾ ਐਂ ਘੁਮਾ ਦੇ ਆ ਲਓ ਜੀ ਆਪਾਂ ਨੂੰ ਕੋਈ ਚੀਜ਼ ਦੀ ਲੋੜ ਨਹੀਂ ਪਈ ਆ ਲਓ ਜੀ ਪਾਟ ਕੇ ਆ ਚੀਜ਼ ਅਤੇ ਹੁਣ ਇਹ ਅੱਧਾ ਘੰਟਾ ਮਤਲਬ ਕਿ ਰੋਟੀ ਰੋਟੀ ਖਾਂਦੇ ਹਾਂ ਪਈ ਰਹੂਗੀ ਅਤੇ ਅੱਧਾ ਘੰਟਾ ਪਹਿਲਾਂ ਪਿਆਉਣੀ ਆ ਅਤੇ ਇੱਕ ਇਹਦੇ ਵਿੱਚ ਡੱਕਾ ਨਹੀਂ ਮਾਰਨਾ ਅਤੇ ਭਿੱਜ ਜੂਗੀ ਬਸ ਓਕੇ ਲਓ ਜੀ ਭਿੱਜ ਗਈ ਅਤੇ ਹੁਣ ਆ ਗਿਆ ਦੂਜੀ ਆ ਲਓ ਜੀ ਯੂਕੇ ਇਹਨੂੰ ਵੀ ਆਹੀ ਕੰਮ ਕਰਨਾ ਲਓ ਜੀ 12 ਹੀ ਆਪਾਂ ਦੁਬਾਰੇ ਇਸੇ ਪਾਣੀ 'ਚ ਲੈਣੇ ਆ ਬਾਰਾਂ ਹੋ ਗਏ ਅਤੇ ਹੁਣ ਆਪਾਂ ਇਹਨੂੰ ਵੀ ਭਿਉਂ ਕੇ ਰੱਖਣਾ ਥੋੜ੍ਹਾ ਜਿਹਾ ਸੀਲ ਜੀ ਟਾਇਟ ਰੱਖ ਜੋ ਕਰਾਂ ਲਓ ਜੀ ਇਹਦੇ ਵਿੱਚ ਬਸ ਆਪਾਂ ਕੋਈ ਡੱਕਾ ਡੁੱਕਾ ਨਹੀਂ ਮਾਰਨਾ ਅਤੇ ਬਸ ਇਹ ਭਿੱਜੀ ਜਾਣੀ ਆ ਛਕਦੇ ਹਾਂ ਪ੍ਰਸ਼ਾਦੇ ਆ ਗਿਆ ਕਿ ਉਹ ਦਾਲ ਵਾਲਾ ਜੀ ਆਪਾਂ ਘਰੇ ਅਤੇ ਡੈਡੀ ਵਰਗੇ ਆ ਗਏ ਸਪਰੇਅ ਕਰਤੀ ਸੀਗੀ ਅਤੇ ਆਪਣੇ ਟੈਂਕੀ ਟੂੰਕੀ ਛੱਡਦਿਆਂ ਦੀ ਵੀਡੀਓ ਬਣੀ ਨਹੀਂ ਗੀ ਅਤੇ
ਕੋਈ ਆਹ ਦੇਖੋ ਅਤੇ ਹੁਣ ਬੈ ਕਰਕੇ ਲਾਉਣ ਦਾ ਇੱਥੋਂ ਮੈਂ ਕੱਲ੍ਹ ਵਾਂਗੂ ਕੁਤਰ ਦਿੰਦੇ ਅਤੇ ਡੈਡੀ ਆ ਗਿਆ ਸੀਗਾ ਅਤੇ ਹੁਣ ਸਪਰੇ ਹੋ ਗਈ ਮਾਰੀ ਸੀਗੀ ਟਰਾਈ ਸਪਰੇ ਦੀ ਸਪਰੇ ਟਰਾਈ ਮਾਰੀ ਸੀ ਤੈ ਕੀ ਆਉਂਦੀ ਸਪਰੇ ਲੇਟ ਹੋ ਤਾਂ ਅੱਗੇ ਕਹਿੰਦਾ ਭਾਈ ਜੀ ਕਹਿੰਦਾ ਲੇਟ ਹੋ ਗਈ ਅੱਜ ਬੱਦਲ ਬਣਿਆ ਤਾਂ ਸੀਗਾ ਅਤੇ ਇੰਦਰ ਮਹਾਰਾਜ ਨੂੰ ਰੋਕਿਆ ਫਿਰ ਲਓ ਜੀ ਫਾਦਰ ਸਾਹਿਬ ਆ ਗਏ ਅਤੇ ਹੁਣ ਕੁਤਰਾਂਗੇ ਪੱਠੇ ਮੈਂ ਵੱਢਦਾ ਸੀਗਾ ਛਟੀਆਂ ਆਹ ਦੇਖੋ ਛਟੀਆਂ ਵੱਢਣੀਆਂ ਪੈਂਦੀਆਂ ਆਹ ਦੇਖੋ ਨਾਲ ਟੋਕੇ ਨਾਲ ਵੱਢੀਆਂ ਛਟੀਆਂ ਆਹ ਦੇਖੋ ਅਤੇ ਕਿਉਂਕਿ ਚੁੱਲ੍ਹੇ ਮੂਹਰੇ ਆਪਣੇ ਥੋੜ੍ਹਾ ਜਿਹਾ ਥਾਂ ਥੂੰ ਦਾ ਪ੍ਰੋਬਲਮ ਹੈ ਥੋੜ੍ਹੀ ਜਿਹੀ ਘੱਟ ਹੈ ਥਾਂ ਅਤੇ ਮਤਲਬ ਦੂਜੀ ਲੈ ਕੈਸਟਰੋਲ ਵਾਲੀ ਹੈਂ ਲੱਕੀ ਤੋਂ ਲਿਆ ਮੈਂ ਅਤੇ ਡਾਕਟਰ ਨੂੰ ਦਿਖਾਈ ਆ ਡਾਕਟਰ ਸਾਹਿਬ ਕਹਿੰਦੇ ਉਹ ਹੀ ਦੇ ਦੇ ਇਹ ਗੁਬਾਰਾ ਇਹ ਤਾਂ ਭੈਣ ਖਤਮ ਹੀ ਹੋ ਗਿਆ ਤਾਂ ਦੱਸ ਪੁਦੀਨਾ ਵੀ ਨਹੀਂ ਚੱਲਿਆ ਇਹ ਵਰਾਇਟੀ ਕਿੱਥੋਂ ਲੈਂਦੇ ਸੀ ਉਹ ਸੀਗੇ ਇਹ ਮੀ ਮਿੱਤਰ ਵਾਲੇ ਤਾਂ ਫੇਲ ਹੋਏ ਸੌਦੇ ਹੁੰਦੇ ਸਾਰੇ ਹੁਣ ਉਹ ਸਪਰੇਅ ਜਿਹੜੀ ਕਰੀ ਹੈ ਨਾ ਸਪਰੇਅ ਨਾਲ ਸਾਰਾ ਕੁਛ ਸਹੀ ਹੋ ਜੂਗਾ ਆਪੇ ਵੱਧ ਜੂਗਾ ਹੁਣ ਗੁਬਾਰਾ ਗੁਬਾਰੇ ਦਾ ਹੀ ਫਰਕ ਪਿਆ ਹੁਣ ਮੁੜ ਕੇ ਕੇ ਹੈ ਜਵਾਰ ਮਤਲਬ ਤਾਂ ਇੱਕ ਮਹੀਨਾ ਤਾਂ ਕੱਢ ਜੂ ਹੋਰ ਹੈ ਨਾ ਹਲ ਮਾਰਦੇ ਨਹੀਂ ਤਵੀਆਂ ਨਹੀਂ ਮਾਰਨੀਆਂ ਹੋ ਜੀ ਅੱਜ ਦਾ ਵਲੌਗ ਸੀਗਾ ਇਹ ਅਤੇ ਜੇ ਵਧੀਆ ਲੱਗਿਆ ਤਾਂ ਕਰ ਦਿਓ ਦੱਬ ਕੇ ਸ਼ੇਅਰ ਅਤੇ ਮਿਲਦੇ ਹਾਂ ਫਿਰ ਇੱਕ ਹੋਰ ਨਵੇਂ ਵਲੌਗ ਦੇ ਨਾਲ